ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ, ਕਿੱਦਾਂ? ਸਾਰੇ ਠੀਕ ਆ? ਉਮੀਦ ਆ ਠੀਕ ਹੀ ਹੋਵੋਗੇ। ਮੈਂ ਕੁਛ ਦਿਨਾਂ ਤੋਂ ਫੇਸਬੁੱਕ ਡੀਐਕਟੀਵੇਟ ਕੀਤੀ ਸੀ, ਪਰ ਅੱਜ ਇੱਕ ਵੀਡੀਓ ਦੇ ਮੈਂ ਚੱਕਰ 'ਚ ਐਕਟੀਵੇਟ ਕੀਤੀ ਆ ਦੁਬਾਰਾ। ਇੱਕ ਬੰਦਾ ਗੁਰਜੰਟ ਸਿੰਘ ਬਹੁਤ ਮਸ਼ਹੂਰ ਹੋ ਗਿਆ ਫੇਸਬੁੱਕ 'ਤੇ ਆਪਣੀ ਕੱਟੜ ਵਿਚਾਰਧਾਰਾ, ਬੈਕਵਰਡ ਸੋਚ ਜਿਹਨੂੰ ਕਹਿੰਦੇ, ਤਾਲੀਬਾਨੀ ਸੋਚ, ਹੇਟ ਸਪੀਚ, ਐਕਸਟ੍ਰੀਮਿਜ਼ਮ ਦੀਆਂ ਗੱਲਾਂ ਕਰਕੇ ਇਹਨੂੰ ਕੁਛ ਲੋਕਾਂ ਨੇ ਜਿਹੜਾ ਉਹ ਉਤਸ਼ਾਹਿਤ ਹੋਰ ਕੀਤਾ ਵੀ ਬਹੁਤ ਵਧੀਆ ਕਰ ਰਿਹਾ, ਅਤੇ ਫੀਲਿੰਗ ਜ਼ਿਆਦਾ ਚੱਕ ਗਿਆ ਆਪਣੇ ਆਪ ਨੂੰ, ਦੱਸਦਾ ਇਹ ਧਰਮ ਪ੍ਰਚਾਰੀ ਆ। ਪਰ ਇੱਕ ਵੀ ਗੱਲ ਇਹਦੀ ਜਿਹੜੀ ਆ ਬੰਦੇ ਦੀ, ਅੱਜ ਧਰਮ ਦਾ ਪ੍ਰਚਾਰ ਨਹੀਂ ਕਦੀ ਝਲਕਦਾ, ਉਹਦਾ ਜ਼ਹਿਰ ਉਗਲਦਾ ਜਮਾ। ਕੁਛ ਇਹਦੀਆਂ ਮੈਂ ਤੁਹਾਨੂੰ ਗੱਲਾਂ ਦੱਸ ਦਿੰਦਾ। ਕਹਿੰਦਾ ਉੱਦਾਂ ਦੇ ਆਪਣੇ ਆਪ ਨੂੰ ਧਰਮ ਪ੍ਰਚਾਰੀ ਆ, ਅਤੇ ਦੂਜੇ ਪਾਸੇ ਜਿਹੜਾ ਕੁੜੀਆਂ ਨੂੰ ਇੰਨਾ ਮੰਦਾ ਬੋਲਦਾ, ਕੁੱਤੀ ਬਿੱਲੀ ਕਹਿ ਕੇ ਕਿਸੇ ਨੂੰ ਬਾਹਮਣੀ ਕਹਿੰਦਾ, ਇਹ ਦੱਸ ਕਿਹੜਾ ਧਰਮ ਦਾ ਪ੍ਰਚਾਰ ਹੋਇਆ? ਵੀ ਇਹ ਬਾਣੀ ਜਿਤ ਨਹੀਂ ਇੱਦਾਂ ਲਿਖਿਆ। ਸੋ ਕਿ ਉਹ ਬੰਦਾ ਆਖੀਆ, ਜਿਤ ਜੰਮੇ ਰਾਜਾਨ ਹੈ, ਤੂੰ ਜੇ ਬਾਣੀ ਗੌਰ ਨਾ ਪੜ੍ਹੀ ਹੋਵੇ, ਤੂੰ ਘੱਟੋ ਘੱਟ ਕੁੜੀਆਂ ਦੀ ਤੇ ਜਿੱਦ ਕਰ ਲਾ, ਮੁੰਡਿਆਂ ਦੀ ਨਹੀਂ ਕਰਨੀ। ਦੂਜੀ ਗੱਲ, ਤੂੰ ਆਪਣੇ ਫਤਵੇ ਜਾਰੀ ਕਰੀ ਜਾਂਦਾ ਵਾ, ਸਦਾਮ ਹੁਸੈਨ ਵਰਗਾ ਡਿਕਟੇਟਰ ਸਮਝਦਾ ਆਪਣੇ ਆਪ ਨੂੰ। ਇਹ ਕੁੜੀਆਂ ਜੀਨਾਂ ਪਾ ਲਓ, ਪਰ ਬਹੁਤੀਆਂ ਤੰਗ ਨਾ ਪਾਓ। ਲਓ ਦੱਸੋ, ਆ ਗੱਲ ਆ ਕੋਈ? ਆਪਣੇ ਫਤਵੇ ਜਾਰੀ ਕਰੀ ਜਾਂਦਾ ਤੂੰ? ਹੈ, ਤੂੰ ਏਡਾ ਹੀ ਤਕੜਾ ਗੁਰੂ ਦਾ ਸਿੱਖ ਆ, ਤੇਰਾ ਤੇ ਮਨ ਹੀ ਨਹੀਂ ਡੋਲਣਾ ਚਾਹੀਦਾ। ਭਾਵੇਂ ਉਹਨੇ ਸਕਰਟ ਪਾਈ ਤੇ ਭਾਵੇਂ ਤੰਗ ਜੀਨ ਪਾਈ ਆ, ਇੱਥੇ ਅਸੀਂ ਕਨੇਡਾ 'ਚ ਰਹਿੰਦੇ ਹਾਂ, ਉਹ ਕੁੜੀਆਂ ਸਕਰਟਾਂ ਪਾਈਆਂ ਹੁੰਦੀਆਂ ਮਿੰਨੀ ਏਡੀਆਂ ਏਡੀਆਂ, ਸਾਡਾ ਤਾਂ ਨਹੀਂ ਕਦੀ ਦਿਲ ਡੋਲਿਆ, ਜੋ ਜਿੱਦਾਂ ਅੱਖ ਚੁੱਕ ਕੇ ਨਹੀਂ ਵੇਖਿਆ ਕਦੀ। ਨੰਗਾ ਬੀਜ ਵੀ ਹੈਗਾ ਜੀ, ਹੋਰ ਦੱਸ, ਹੈ ਇੱਥੇ ਨੰਗੇ ਫਿਰਦੇ ਲੋਕੀ? ਉਸੇ ਤੇਰਾ ਤਾਂ ਮਰਨ ਹੋ ਜੂ ਫਿਰ ਇੱਥੇ ਆ ਕੇ। ਹੈਂ, ਦੂਜੀ ਗੱਲ ਤੂੰ ਕਹਿੰਦਾ ਵੀ ਲਵ ਮੈਰਿਜ ਦੇ ਬਹੁਤ ਖਿਲਾਫ ਆ ਤੂੰ। ਚਲੋ ਉਹ ਗੱਲ ਵੱਖਰੀ ਆ ਵੀ ਘਰੋਂ ਭੱਜਣ ਨੂੰ ਭਜਾਉਣ ਵਾਲਾ ਕੰਮ ਜਿਹੜਾ ਗਲਤ ਤਾਂ ਨਹੀਂ ਕਰਨਾ ਚਾਹੀਦਾ, ਪਰ ਤੂੰ ਹਜੇ ਵੀ 17ਵੀਂ ਸਦੀ ਤੁਰਿਆ ਫਿਰਦਾ, ਲਵ ਮੈਰਿਜ ਨਹੀਂ, ਬਹੁਤ ਖਿਲਾਫ ਉਹਦੇ, ਨਾ ਕਰਾਓ। ਪਤੰਦਰ ਅੱਜ ਤੇ ਮਾਂ ਪਿਓ ਕੁੜੀ ਦੇ ਆਪ ਹੀ ਕਹਿ ਦਿੰਦੇ ਕੁੜੀ ਨੂੰ ਵੀ ਗੁੱਡੀ ਕੋਈ ਮੁੰਡਾ ਪਸੰਦ ਤੇ ਦੱਸ, ਨਹੀਂ ਤੇ ਅਸੀਂ ਲੱਭੀਏ। ਤੂੰ ਕਿਹੜੇ ਜ਼ਮਾਨੇ 'ਚ ਫਿਰਦਾ ਹੈ? ਥੋੜ੍ਹੇ ਆਪਣੀ ਸੋਚ ਦਾ ਜਿਹੜਾ ਪੱਧਰ ਆ, ਮਾਨਸਿਕ ਪੱਧਰ, ਉਹਨੂੰ ਚੁੱਕੋ ਥੋੜ੍ਹਾ, ਇੰਨੀ ਕੱਟੜਤਾ ਨਾ ਫੈਲਾਓ। ਇੱਕ ਤੇਰੀ ਮੈਂ ਵੀਡੀਓ ਵੇਖੀ, ਤੂੰ ਉਹਦੇ 'ਚ ਕਹਿੰਦਾ ਕਿਸੇ ਨੂੰ ਜਵਾਬ ਦਿੰਦਾ ਭਈਆ ਜਾਂ ਕੋਈ ਹੈਗਾ ਭਈਏ ਵਰਗਾ, ਤੇਰਾ ਮੂੰਹ ਇੱਦਾਂ ਦੀਆਂ ਗੱਲਾਂ ਕਰਦਾ। ਦੱਸ ਭਈਏ ਦੀ ਹੈ ਕੋਈ ਭਈਆ ਬੰਦਾ ਨਹੀਂ ਆ। ਗੁਰਬਾਣੀ 'ਚ ਲਿਖਿਆ ਮਾਨਸ ਕੀ ਯਾਦ ਦੇਖ, ਤੇ ਫਿਰ ਅਸੀਂ ਕਿਉਂ ਕੈਟੇਗਰਾਈਜ਼ ਕਰਦੇ ਪਏ ਹਾਂ ਤੂੰ ਭਈਆ, ਤੂੰ ਆਹ, ਤੂੰ ਉਹ? ਤੈਨੂੰ ਕਿੱਥੋਂ ਦੀ ਅਕਲ ਹੋਈ? ਤੂੰ ਫਿਰ ਇਹਦਾ ਮਤਲਬ ਬਾਣੀ ਪੜ੍ਹੀ ਨਹੀਂ, ਤੂੰ ਕੰਠ ਨਹੀਂ ਕੀਤਾ ਬਾਣੀ ਦਾ? ਮੈਨੂੰ ਲੱਗਦਾ ਤੇਰੇ ਤੋਂ ਵੱਧ ਮੈਂ ਸਮਝੀ ਆ ਪਿਓ ਦਾਦੇ ਕੋਲੋਂ ਬਾਣੀ, ਭਾਵੇਂ ਮੇਰੇ ਕੇਸ ਨਹੀਂ ਰੱਖੇ। ਹੈਂ, ਸਾਨੂੰ ਇਸ ਜ਼ਮਾਨੇ ਜਿਹੜੇ 'ਚ ਅਸੀਂ, ਸਮੇਂ ਦੀ ਮੰਗ ਇਹ ਆ ਵੀ ਥੋੜ੍ਹੇ ਸਾਡੇ ਯੂਥ ਜਿਹੜਾ ਆਜ਼ਾਦ ਵਿਚਾਰੀ ਹੋਵੇ, ਥੋੜ੍ਹਾ ਅਸੀਂ ਪੜ੍ਹੀਏ ਲਿਖੀਏ, ਐਜ਼ ਆ ਹੋਲ ਅਸੀਂ ਜਿਹੜੀ ਕਮਿਊਨਿਟੀ ਆਪਣੀ ਅੱਗੇ ਲੈ ਕੇ ਜਾਈਏ। ਅਸੀਂ ਤਾਂ ਪਹਿਲਾਂ ਬੜਾ ਪਛੜ ਗਏ ਹਾਂ, ਉੱਤੋਂ ਪਤੰਦਰਾ ਤੂੰ ਆ ਗਿਆ ਆਪਣੀ ਇੰਨੀ ਘਟੀਆ ਸੋਚ ਲੈ ਕੇ, ਬੈਕਵਰਡ। ਡੇਢ ਡੇਢ ਘੰਟਾ ਤੂੰ ਜਿਹੜਾ ਉਹ ਲਾਈਵ ਹੋ ਜਾਂਦਾ ਵਾ ਸਵੇਰੇ, ਜਿਉਂ ਲੱਗਦਾ ਵੀਡੀਓ ਉੱਠਦਾ ਲਾਈਵ, ਆਸਟ੍ਰੇਲੀਆ ਤੂੰ ਰਹਿੰਦਾ ਫਿਰ ਵੀ ਤੇਰੇ ਤੋਂ ਇੰਨਾ ਟਾਈਮ ਆ। ਹੈਂ, ਟੈਕਸੀ ਤੂੰ ਚਲਾਉਂਦਾ ਵਾ ਤੇ ਤਿੰਨ ਤਿੰਨ ਘੰਟੇ ਤੂੰ ਉੱਥੇ ਲਾਈਵ ਹੋਇਆ ਰਹਿੰਦਾ ਵਾ। ਤੈਨੂੰ ਥੋੜ੍ਹਾ ਘਰਦਿਆਂ ਦਾ ਖਿਆਲ ਕਰ, ਜਿਹਨਾਂ ਤੈਨੂੰ 20 ਲੱਖ ਲਾ ਕੇ ਭੇਜਿਆ, 30 ਲੱਖ ਲਾ ਕੇ, ਨਹੀਂ ਪੈਸੰਜਰ ਲੱਭਦਾ ਕੋਈ ਟੈਕਸੀ ਤੇ, ਭਾਵੇਂ ਹੋਰ ਕੰਮ ਕਰ ਲਾ ਕੋਈ, ਜ਼ਰੂਰੀ ਦੋ ਦੋ ਤਿੰਨ ਤਿੰਨ ਘੰਟੇ ਲਾਈਵ ਹੋ ਗਿਆ, ਗੰਦ ਪਾਉਣਾ ਫੇਸਬੁੱਕ ਤੇ, ਕੋਈ ਹੋਰ ਕੰਮ ਕਰ ਲਾ, ਪੈਸੇ ਪੂਰੇ ਕਰ, ਘਰਦਿਆਂ ਦੀ ਸੋਚ, ਪੀਸਫੁੱਲ ਆਪਣੀ ਜ਼ਿੰਦਗੀ ਜੀ, ਥੋੜ੍ਹਾ ਹੱਸ ਖੇਡ, ਹੈਂ, ਥੋੜ੍ਹੀ ਖੁਸ਼ੀਆਂ ਵੰਡ, ਦਾਨ ਪੁੰਨ ਕਰ, ਜਿਹੜਾ ਗੁਰਬਾਣੀ ਪੜ੍ਹ ਉੱਤੇ ਅਮਲ ਕਰ, ਹਲੀਮੀ ਲਿਆ ਆਪਣੇ ਬੋਲੀ 'ਚ, ਮਿਠਾਸ ਲਿਆ ਥੋੜ੍ਹੀ, ਬੱਚੇ ਨਤਰੀ ਤਾਂ ਕਿ ਵੀਡੀਓ ਵੇਖਣ ਅਤੇ ਉਹ ਤੇਰੇ 'ਤੇ ਐਜ਼ ਅ ਤੈਨੂੰ ਪ੍ਰੇਰਨਾ ਸਰੋਤ ਵੇਖਣ, ਨਾ ਕਿ ਤੇਰੀ ਕੱਟੜ ਚੀਜ਼ ਜਿਹੜੀ ਨਫ਼ਰਤ ਆ ਮੇਰੇ ਵੀਰ, ਬਹੁਤ ਆਸਾਨੀ ਨਾਲ ਵਿਕ ਜਾਂਦੀ ਆ, ਮੁਹੱਬਤ ਨਹੀਂ ਵਿਕਦੀ। ਮੁਹੱਬਤ ਸਿਖਾ, ਤੇਰਾ ਇਹ ਚੈਲੇਂਜ ਹੋਣਾ ਚਾਹੀਦਾ ਵੀ ਮੁਹੱਬਤ ਆਸਾਨੀ ਨਾਲ ਵੇਖ, ਆਪਣੀ ਬੋਲੀ ਇੰਨੀ ਮਿੱਠੀ ਕਰ ਲਓ। ਠੀਕ ਆ, ਮੇਰੀ ਵੀਡੀਓ 'ਚ ਥੋੜ੍ਹੀ ਤੈਨੂੰ ਬੋਲੀ ਮੇਰੀ ਵੀ ਉਹੋ ਜਿਹੀ ਲੱਗਦੀ ਹੋਣੀ ਆ, ਪਰ ਮੈਂ ਐਸਾ ਹੈ ਨਹੀਂ, ਇਹ ਮਜਬੂਰ ਕੀਤਾ ਮੈਂ ਤੇਰੀ ਐਸੀਆਂ ਕੱਟੜ ਸੋਚ ਵਾਲੀਆਂ। ਜਦੋਂ ਵੀਡੀਓ ਵੇਖੀਆਂ ਮੇਰਾ ਖੂਨ ਖੋਲ ਜਾਂਦਾ ਵੀ ਇਹ ਸਾਡੇ ਯੂਥ ਨੂੰ ਕੀ ਹੋ ਗਿਆ ਵਾ। ਤੇਰੇ ਤੋਂ ਜ਼ਿਆਦਾ ਖੂਨ ਇਸ ਗੱਲ 'ਤੇ ਖੋਲਦਾ ਮੇਰਾ ਵੀ ਸਾਡੇ ਤੇਰੇ ਪਿੱਛੇ ਫੋਲੋਅਰ ਜਿਹੜੇ, ਉਹ ਕੀ ਦਿਮਾਗ ਜਿਹੜੇ ਉਹਨਾਂ ਦੇ ਵਿਕਸਿਤ ਨਹੀਂ ਹੋਏ, ਜਿਹੜੇ ਇੰਨੀ ਤੇਰੀਆਂ ਖੁਦੂ ਗੱਲਾਂ ਨੂੰ ਵਾਹ ਵਾਹ ਕਰੀ ਜਾਂਦੇ ਆ। ਦੂਜੀ ਗੱਲ, ਭੈਣ ਤੈਨੂੰ ਸਿੰਗਰਾਂ ਸਾਰਿਆਂ ਨਾਲ ਪ੍ਰੋਬਲਮ ਆ, ਕੁਛ ਹੱਦ ਤੱਕ ਚੱਲ ਜਾਇਜ਼ ਵੀ ਆ, ਬਹੁਤ ਲੱਚਰਤਾ ਹੋ ਗਈ ਆ, ਅਤੇ ਇਹਨੂੰ ਸਾਨੂੰ ਜਿਹੜਾ ਉਹ ਸ਼ਲਾਘਾ ਨਹੀਂ ਕਰਨੀ ਚਾਹੀਦੀ, ਸਗੋਂ ਉਹਨਾਂ ਦਾ ਜਿਹੜਾ ਵਿਰੋਧ ਕਰਨਾ ਚਾਹੀਦਾ ਵਾ। ਪਰ ਤੇਰਾ ਤਰੀਕਾ ਤਾਂ ਮੈਨੂੰ ਸਮਝ ਹੀ ਨਹੀਂ ਆਉਂਦਾ, ਤੂੰ ਕੀ ਆ ਬੱਬੂ ਮਾਂ ਪਿੱਛੇ ਤੂੰ ਹੱਥ ਧੋ ਕੇ ਪਿਆ, ਤੂੰ ਹੈ ਉਸ ਬੰਦੇ ਦੇ ਲੈਵਲ ਦਾ? ਮੈਨੂੰ ਇੱਕ ਗੱਲ ਦੱਸ, ਹੈਂ, ਉਹ ਬੰਦਾ ਇੱਕ ਲਿਖਾਰੀ ਆ, ਸਿੰਗਰ ਸੁੰਗਰ ਬਾਅਦ ਦੀ ਗੱਲ, ਇੱਕ ਲਿਖਾਰੀ ਆ, MA ਉਹਨੇ ਕੀਤੀ ਆ, ਮਾਸਟਰਸ ਆ ਉਰਦੂ 'ਚ, ਮਾਸਟਰਸ ਹਿਸਟਰੀ 'ਚ।
ਤੂੰ ਦੱਸ ਤੂੰ 2000 ਮੈਂ ਤੈਨੂੰ ਤੂੰ ਫੇਸਬੁੱਕ ਤੇ ਹੁਣ ਲਾਈਵ ਹੋਇਆ ਮੈਂ ਤੇਰੀ ਯੂਟਿਊਬ ਤੇ 2011 ਦੀਆਂ ਵੀਡੀਓ ਵੇਖਣਾ ਉਹ ਓਪਨ ਚੈਲੇਂਜ ਕਰਦਾ ਬੱਬੂ ਮਾਨ ਨੂੰ ਓ ਯੋ ਮੈਂ ਲੱਚਰਤਾ ਦੇ ਖਿਲਾਫ ਹਾਂ ਤੈਨੂੰ ਇੰਨੀ ਪ੍ਰੋਬਲਮ ਆਸਟ੍ਰੇਲੀਆ ਤੂੰ 2015 ਹੀ ਗਿਆ ਤੂੰ ਮੋਹਾਲੀ ਜਾ ਕੇ ਉਹਨੂੰ ਮਿਲਿਆ ਗੱਲ ਕਲੀਅਰ ਕਰ ਲਾ ਗਿਆ ਕਿਉਂ ਨਹੀਂ ਗਿਆ ਵੀਡੀਓ ਪਾਈ ਜਾਂਦਾ ਫਿਰ ਮਸਲਾ ਤਾਂ ਮਸ਼ਹੂਰ ਹੁੰਦਾ ਹੀ ਆ ਸਰ ਜਾਂ ਤਾਂ ਵੀਡੀਓ ਪਾ ਆਪਣਾ ਮਿਲ ਕੇ ਆ ਉਹਨੂੰ ਵੀਡੀਓ ਪਾਉਣ ਦੀ ਜਗ੍ਹਾ ਤੇ ਗੱਲ ਕਲੀਅਰ ਕਰ ਉਹਨੇ ਤੈਨੂੰ ਉੱਥੇ ਗੱਲ ਨਹੀਂ ਆਉਣ ਦੇਣੀ ਗੱਲ ਇਹ ਆ ਬਾਕੀ ਤੈਨੂੰ ਐਪ ਤੈਨੂੰ ਉਹਦੇ 'ਚ ਦਿਖੀ ਜਾਂਦੇ ਆ ਤੈਨੂੰ ਉਹਦੇ 'ਚ ਕੋਈ ਚੰਗਿਆਈ ਨਹੀਂ ਦਿਸੀ ਸਾਰੇ ਬੰਦਿਆਂ ਨੂੰ ਪਤਾ ਜਿਹੜੇ ਉਹਦੇ ਕਲੋਜ਼ ਫੈਨ ਜਿਹੜੇ ਜਿਹੜੇ ਵੀ ਬੰਦਾ ਉਹ ਕਿੰਨਾ ਹੀਰਾ ਲੋਕੀ ਆਪਣਾ ਜਨਮ ਦਿਨ ਜਿਹੜਾ ਉਹ ਕਰਦਿਆਂ ਨਾ ਮਨਾਉਂਦਾ ਕੋਈ ਮਿੱਤਰਾਂ ਨਾਲ ਕੋਈ ਪਾਰਟੀ ਸ਼ਾਰਟੀ ਕਰਦਾ ਉਹ ਬੰਦਾ ਜਨਮ ਦਿਨ ਦਿਵਾਲੀ ਜਾਂ ਕੋਈ ਹੋਰ ਤਿਉਹਾਰ ਦਿਨ ਜਾਂ ਉਹ ਓਲਡ ਏਜ ਹੋਮ 'ਚ ਬੈਠਾ ਹੁੰਦਾ ਜਾਂ ਅਨਾਥ ਆਸ਼ਰਮ 'ਚ ਜਿਹੜੇ ਬੱਚੇ ਆ ਉਹਨਾਂ ਨਾਲ ਉੱਥੇ ਉਹਨਾਂ ਦੀ ਫੀਸ ਚੁੱਕਦਾ ਕਈਆਂ ਦੀ ਹੈ ਓਲਡ ਏਜ ਇਹਨਾਂ ਨੂੰ ਘਰੋਂ ਕੱਢ ਦਿੰਦੇ ਬਜ਼ੁਰਗਾਂ ਨੂੰ ਉੱਥੇ ਉਹਨਾਂ ਦਾ ਖਰਚਾ ਪਾਣੀ ਇਲਾਜ ਦਾ ਸਾਂਭਦਾ ਐਜ਼ ਆ ਮੈਂ ਸਿੰਗਰ ਠੀਕ ਆ ਵਧੀਆ ਮਾੜਾ ਜਿੱਦਾਂ ਬਈ ਐਜ਼ ਆ ਹਿਊਮਨ ਮੈਂ ਉਹਦੀ ਬਹੁਤ ਰਿਸਪੈਕਟ ਕਰਦਾ ਤੂੰ ਕੀ ਕੀਤਾ ਤੇਰੀ ਕੀ ਪ੍ਰਾਪਤੀ ਜ਼ਿੰਦਗੀ 'ਚ ਕਦੀ ਲੰਗਰ 'ਚ 20 ਰੁਪਈਏ ਦੀ ਵੀ ਸੇਵਾ ਪਾਈ ਆ ਤੂੰ ਹੈਂ ਉਹਨੂੰ ਤੂੰ ਬੋਲਦਾ ਰਹਿੰਦਾ ਇੰਨਾ ਪਤਾ ਨਹੀਂ ਕੀ ਤੁਹਾਡੇ ਦਿਮਾਗ 'ਚ ਆਉਂਦੀ ਆ ਜਿਹੜਾ 3-3 ਘੰਟੇ ਭੈਣ ਲਾਈਵ ਹੋ ਜਾਂਦੇ ਆ ਤੇ ਗੰਦ ਪਾਈ ਜਾਂਦੇ ਆ ਯੂਥ ਨੂੰ ਕੋਈ ਚਾਹੀਦੀ ਗੱਲ ਵੀ ਸਿਖਾ ਲਓ ਕੋਈ ਹਲੀਮੀ ਵਾਲੀ ਇੰਨੀ ਸਾਡੀ ਸਿੱਖ ਧਰਮ ਦੀ ਰਿਸਪੈਕਟ ਆ ਦੁਨੀਆਂ ਦੇ ਵਿੱਚ ਵੀ ਇਹ ਬਹੁਤ ਜਿਹੜੇ ਕਾਮ ਬੰਦੇ ਹੁੰਦੇ ਆ ਬੜਾ ਡਿਸੀਜਨ ਮੇਕਿੰਗ ਇਹਨਾਂ ਦੀ ਚੰਗੀ ਆ ਤੇ ਤੂੰ ਇੱਕ ਵੱਖਰਾ ਹੀ ਜੰਮ ਪਿਆ ਭੈਣ ਜੋ ਇੰਨੀ ਤੇਰੀ ਗਲਤ ਸੋਚ ਆ ਕੱਟੜਵਾਦ ਇੰਨੀ ਐਕਸਟ੍ਰੀਮਿਜ਼ਮ 21ਵੀਂ ਸਦੀ 'ਚ ਥੋੜ੍ਹਾ ਅੱਗੇ ਵਧੋ ਥੋੜ੍ਹਾ ਹੋਰ ਆਪਾਂ ਤੈਨੂੰ ਕੀ ਕਹੇ ਹੁੰਦਾ ਹੁਣ ਮੈਨੂੰ ਪਤਾ ਤੂੰ ਮੇਰਾ ਵੀ ਜਵਾਬ ਦੇਗਾ 2 ਘੰਟੇ ਲਾਈਵ ਹੋ ਗਏ ਵੀ ਉਹ ਮਨਮੀਤ ਕੁੱਤੇ ਨੂੰ ਮੇਰਾ ਜਵਾਬ ਤੇ RSS ਦਾ ਚੇਲਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਭਰਾ ਮੈਂ ਤੇ ਆਪਣਾ ਫੇਸਬੁੱਕ ਦਾ ਪਹਿਲਾਂ ਖਾਸਾ ਸ਼ੌਕੀਨ ਸੀ ਪਰ ਵੀਡੀਓ ਨਹੀਂ ਪਾਉਂਦਾ ਉੱਦਾਂ ਹੀ ਸਕਰੋਲਿੰਗ ਕਰਨੀ ਥੱਲੇ ਉੱਤੇ ਥੱਲੇ ਤੇ ਉਹ ਵੀ ਮੈਂ 2 ਹਫ਼ਤੇ ਦੀ ਬੰਦ ਕਰਤੀ ਡੀਐਕਟੀਵੇਟ ਕਰਤੀ ਕਿਉਂਕਿ ਥੋੜ੍ਹਾ ਜ਼ਿਆਦਾ ਹੋ ਗਿਆ ਡਿਸਟ੍ਰੈਕਸ਼ਨ ਨਜਾਇਜ਼ ਤੇ ਮੈਂ ਤੇ ਫਿਰ 3 ਹਫ਼ਤੇ ਆਪਣਾ 3-4 ਦਿਨ ਤੱਕ ਬੰਦ ਕਰ ਦੇਣੀ ਦੁਬਾਰਾ ਵੀਡੀਓ ਪਾਉਣ ਲਈ ਆਇਆ ਮੈਂ ਬਸ ਸੋ ਮੈਨੂੰ ਫਰਕ ਨਹੀਂ ਪੈਂਦਾ ਤੂੰ ਰਿਪਲਾਈ ਦਿੰਦਾ ਮੈਨੂੰ ਮੇਰੇ ਵੱਲੋਂ ਮੈਨੂੰ ਕਰਦੇ ਮਸ਼ਹੂਰ ਜਿੰਨਾ ਕਰਨਾ ਹੋ ਸਕਦਾ ਮੈਨੂੰ ਵਿਲਨ ਦਾ ਰੋਲ ਮਿਲ ਜੇ ਫਿਲਮ 'ਚ ਕਿਸੇ 'ਚ ਉਹ ਕਹਿੰਦੇ ਨਹੀਂ ਅੰਗਰੇਜ਼ੀ 'ਚ ਐਨੀ ਪਬਲਿਸਿਟੀ ਇਜ਼ ਗੁੱਡ ਪਬਲਿਸਿਟੀ ਥੋੜ੍ਹਾ ਮੇਰਾ ਵੀਰ ਗੌਰ ਕਰੀ ਮੇਰੀ ਗੱਲਾਂ 'ਤੇ ਇੱਕ ਛੋਟੇ ਭਰਾ ਦੀ ਗੱਲ ਸਮਝ ਕੇ ਜਿੱਦਾਂ ਕਹਿੰਦੇ ਨਾ ਜੇ ਕੋਈ ਕਰੇ ਦੱਸੇ ਜੇ ਕੋਈ ਦੱਸੇ ਗੱਲ ਤਜੁਰਬੇ ਵਾਲੀ ਤਾਂ ਸੁਣ ਲਈਏ ਗੱਲ ਨਾ ਪਈਏ ਇਹ ਇੱਕ ਲੱਚਰ ਨਹੀਂ ਹੈ ਇੱਕ ਬੜੇ ਜਿਹੜੇ ਉਹ ਸਾਫ਼ ਸੁਥਰੇ ਸਿੰਗਰ ਦੀਆਂ ਲਾਈਨਾਂ ਇਹਨਾਂ 'ਤੇ ਤੂੰ ਫਿਰ ਗੌਰ ਕਰ ਲਾ ਬਾਕੀ ਵੇਖ ਲਈ ਫਿਰ ਕੀ ਆਪਣਾ ਕੀ ਫਿਰ ਭੱਦੀ ਸ਼ਬਦਾਵਲੀ ਵਰਤਣੀ ਮੇਰੇ ਲਈ ਕੁੜੀਆਂ ਲਈ ਜਿੱਦਾਂ ਤੂੰ ਵਰਤਦਾ ਮੇਰੇ ਲਈ ਵੀ ਵਰਤ ਲਈ ਮੁੰਡਿਆਂ ਦੀ ਤੇ ਸ਼ਰਮ ਹੀ ਲਾ ਦੀ ਤੂੰ ਚੱਲ ਮੁੰਡਿਆਂ ਲਈ ਤੇ ਵਰਤਦਾ ਵਰਤਦਾ ਕੁੜੀਆਂ ਨੂੰ ਵੀ ਨਹੀਂ ਛੱਡਿਆ ਕੁੱਤੀਆਂ ਬਿੱਲੀਆਂ ਕੀ ਕਹਿੰਦਾ ਰਹਿੰਦਾ ਵੀਡੀਓ ਮੈਂ ਤੇਰੀ ਵੀਡੀਓ ਵੇਖਣਾ ਹੁੰਦਾ ਬਈ ਪੂਰੀ ਵੇਖ ਨਹੀਂ ਹੁੰਦੀ ਜਿੰਨੀ ਤੂੰ ਜ਼ਹਿਰ ਉਗਲਦਾ ਬਿਊਟੀ ਇਜ਼ ਇਨ ਦੀ ਆਈ ਆਫ ਬਿਹੋਲਡਰ ਅੰਗਰੇਜ਼ੀ 'ਚ ਕਹਾਵਤ ਆ ਵੀ ਖੂਬਸੂਰਤੀ ਜਿਹੜੀ ਦੇਖਣ ਵਾਲੇ ਦੀ ਅੱਖ 'ਚ ਹੁੰਦੀ ਆ ਤੇ ਤੇਰੀ ਅੱਖ 'ਚ ਕੋਈ ਖੂਬਸੂਰਤ ਨਹੀਂ ਗੰਦ ਭਰਿਆ ਉੱਦਾਂ ਹੀ ਜਿੱਦਾਂ ਦਾ ਤੂੰ ਆਪ ਸੜਾ ਉੱਦਾਂ ਦਾ ਤੈਨੂੰ ਸੰਸਾਰ ਲੱਗਦਾ ਹਰ ਚੀਜ਼ ਨਾਲ ਤੈਨੂੰ ਪ੍ਰੋਬਲਮ ਆ ਪੀਸਫੁੱਲ ਜ਼ਿੰਦਗੀ ਜੀ ਆਪਣੀ ਕੋਈ ਕੀ ਕਰਦਾ ਯਾਰ ਥੋੜ੍ਹਾ ਗੌਰ ਕਰੀ ਮੇਰਾ ਭਰਾ ਮੇਰੀਆਂ ਗੱਲਾਂ 'ਤੇ ਰਿਪਲਾਈ ਦੇ ਲਈ ਕੋਈ ਗੱਲ ਨਹੀਂ ਪਰ ਗੌਰ ਜ਼ਰੂਰ ਕਰੀ